ਚੋਣਾਂ ਗੱਜ ਵੱਜ ਕੇ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ। ਲੋਕ ਸਭਾ ਚੋਣ, ਲੋਕ ਸਭਾ ਚੋਣਾਂ 'ਤੇ ਅਸੀਂ ਵਿਚਾਰ ਕਰ ਰਹੇ ਹਾਂ, ਬਾਕੀ ਪਾਰਟੀਆਂ ਨਾਲ ਜਿਹੜੀਆਂ ਪੰਜਾਬ ਦੇ ਭਲੇ ਦੀਆਂ ਹੋਣਗੀਆਂ। ਕਾਂਗਰਸ ਪਾਰਟੀ ਨਾਲ ਅਸੀਂ ਕਦੀ ਸਮਝੌਤਾ ਨਹੀਂ ਕਰਾਂਗੇ, ਇਸ ਕਰਕੇ ਕਿ ਉਹਨਾਂ ਸਾਡੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਔਰ 84 ਦਾ ਦਿੱਲੀ ਅਤੇ ਹੋਰ ਸ਼ਹਿਰਾਂ ਦਾ ਕਤਲੇਆਮ ਕੀਤਾ। ਕਿਸੇ ਕੀਮਤ 'ਤੇ ਅਕਾਲੀ ਦਲ ਟਕਸਾਲੀ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਦੂਸਰਾ, ਜਿੰਨਾ ਚਿਰ ਬਾਦਲ ਪਰਿਵਾਰ ਕੋਲ ਅਕਾਲੀ ਦਲ ਦੀ ਵਾਗਡੋਰ ਆ, ਉਹਨਾਂ ਚਿਰ ਇਸ ਅਕਾਲੀ ਦਲ ਨਾਲ ਵੀ ਸਾਡਾ ਕੋਈ ਸਮਝੌਤਾ ਨਹੀਂ। ਬਾਕੀ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਜਿਹੜੀ ਵੀ ਅਸੀਂ ਸਮਝਾਂਗੇ ਕਿ ਇਹ ਪੰਜਾਬ ਦੇ ਭਲੇ ਦੀ ਆ, ਖਾਲਸਾ ਪੰਥ ਦੇ ਭਲੇ ਦੀ ਸੋਚ ਵਾਲੀ ਆ, ਉਹਨਾਂ ਨਾਲ ਅਸੀਂ ਸਮਝੌਤਾ। ਬੀਜੇਪੀ ਬਾਰੇ ਨਹੀਂ ਅਜੇ ਸੋਚਿਆ ਨਹੀਂ, ਵਿਚਾਰਿਆ ਨਹੀਂ ਇਹਦੇ ਬਾਰੇ। ਸੁਖਪਾਲ ਸਿੰਘ ਖਹਿਰਾ ਜੀ, ਹਾਂ, ਬਾਕੀ ਦੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਬਾਰੇ ਵਿਚਾਰ ਕਰ ਰਹੇ ਹਾਂ। ਮੈਂ ਮਨਪ੍ਰੀਤ ਬਾਦਲ ਨੂੰ ਕਹਾਂਗਾ ਕਿ ਉਹਨੇ ਸਿਰ 'ਤੇ ਪਗੜੀ ਰੱਖੀ ਹੈ, ਭਾਵੇਂ ਮਾਨਸਿਕ ਤੌਰ 'ਤੇ ਉਹਦੀ ਸੋਚ ਸਿੱਖ ਨਹੀਂ, ਉਹ ਕਾਮਰੇਡ ਸੋਚਾਂ ਦਾ ਮਾਲਕ ਹੈ, ਲੇਕਿਨ ਉਹਨੇ ਪਗੜੀ ਸਿਰ 'ਤੇ ਰੱਖੀ ਆ, ਉਹ ਗੱਲ ਕਰਨ ਲੱਗਾ ਘੱਟੋ ਘੱਟ ਉਹਨੂੰ ਉਹਦਾ ਖਿਆਲ ਜ਼ਰੂਰ ਕਰ ਲੈਣਾ ਚਾਹੀਦਾ। ਔਰ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਨੇ, ਭਾਵੇਂ ਇਸ ਦੇਸ਼ ਦੇ ਹੋਮ ਮਿਨਿਸਟਰ ਨੇ, ਕਿ ਜਿਹੋ ਜਿਹੇ ਬਿਆਨ ਤੁਸੀਂ ਕਾਰੀਡੋਰ ਕਰਤਾਰਪੁਰ ਸਾਹਿਬ ਵਾਸਤੇ ਦੇ ਰਹੇ ਹੋ, ਅਸੀਂ ਹੱਥ ਜੋੜ ਕੇ ਬੇਨਤੀ ਕਰਨੇ ਹੋ, ਨਾ ਦਿਓ। ਜੇ ਸਿੱਖਾਂ ਦੀ ਪੁਰਾਣੀ ਅਰਦਾਸ ਕਬੂਲ ਹੋਣ ਲੱਗੀ ਆ, ਜੇ ਪਾਕਿਸਤਾਨ ਨੇ ਹਾਂ ਪੱਖੀ ਹੁੰਗਾਰਾ ਭਰਿਆ ਆ, ਕੰਮ ਸ਼ੁਰੂ ਹੋ ਗਿਆ ਆ, ਅਤੇ ਇਹੋ ਜਿਹੀਆਂ ਗੱਲਾਂ ਨਾ ਕਰੋ ਵੀ ਇਹਦੇ ਵਿੱਚ ਕੋਈ ਹਰਡਲ ਕ੍ਰੀਏਟ ਹੋਵੇ ਅਤੇ ਉਹ ਕੰਮ ਸਿਰੇ ਨਾ ਚੜ੍ਹੇ। ਇਹ ਭਾਵੇਂ ਮਨਪ੍ਰੀਤ ਹੋਵੇ, ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ, ਅਤੇ ਭਾਵੇਂ ਰਾਜਨਾਥ ਸਿੰਘ ਹੋਵੇ, ਜਿਨ੍ਹਾਂ ਦੇ ਬਿਆਨ ਵੀ ਹੁਣ ਤੱਕ ਨੈਗੇਟਿਵ ਆਏ, ਮੈਂ ਉਹਨਾਂ ਨੂੰ ਅਪੀਲ ਕਰਨਾ ਕਿ ਐਸੇ ਬਿਆਨ ਨਾ ਦਿਓ। ਇਹ ਪ੍ਰੋਗਰਾਮ ਜੋ ਕੰਟਰੀਬਿਊਸ਼ਨ ਆ ਬਾਦਲਾਂ ਦਾ, ਇਹਦੇ 'ਚ ਕੋਈ ਕੰਟਰੀਬਿਊਸ਼ਨ ਨਹੀਂ। ਮੈਂ ਇਹੀ ਕਿਹਾ ਵੀ ਉਹ ਚੀਚੀ ਨੂੰ ਲਹੂ ਲਾ ਕੇ ਸ਼ਹੀਦ ਬਣਨਾ ਚਾਹੁੰਦੇ ਆ। ਵੇਖੋ, ਕਿਸੇ ਦੇ ਕਹਿਣ ਨਾਲ ਕਿਸੇ ਨੂੰ ਕੋਈ ਨੰਬਰ ਨਹੀਂ ਮਿਲਣੇ। ਸਭ ਤੋਂ ਪਹਿਲਾਂ ਤਾਂ ਮੈਂ ਦੋਵਾਂ ਦੇਸ਼ਾਂ ਦੀ ਸਰਕਾਰ ਦਾ ਧੰਨਵਾਦੀ ਹਾਂ, ਕਿਉਂਕਿ ਜੇ ਪਾਕਿਸਤਾਨ ਨਾ ਚਾਹੁੰਦਾ ਜਾਂ ਹਿੰਦੁਸਤਾਨ ਦੀ ਸਰਕਾਰ ਨਾ ਚਾਹੁੰਦੀ, ਇਹ ਗੱਲ ਸਿਰੇ ਨਹੀਂ ਸੀ ਚੜ੍ਹ ਸਕਦੀ। ਲੇਕਿਨ ਜੇ ਇੰਡੀਵਿਜੁਅਲ ਤੌਰ 'ਤੇ ਵੇਖਿਆ ਜਾਵੇ ਤਾਂ ਇੱਕ BS ਕਰਾਇਆ ਨੇ, ਇੱਕ ਸਰਦਾਰ ਕੁਲਦੀਪ ਸਿੰਘ ਵਡਾਲਾ ਨੇ, ਜਿਨ੍ਹਾਂ ਨੇ ਦਹਾਕੇ ਸਾਲ ਜਾ ਕੇ ਉਸ ਜਗ੍ਹਾ 'ਤੇ ਅਰਦਾਸ ਕੀਤੀ, ਹਰ ਮੱਸਿਆ ਹਰ ਸੰਗਰਾਂਦ ਜਾ ਕੇ ਅਰਦਾਸਾਂ ਕਰਦੇ ਰਹੇ ਆ। ਔਰ ਦੂਸਰੇ, ਮੈਂ ਸਮਝਾਂਗਾ ਕਿ ਭਾਵੇਂ ਉਹ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇ, ਆਪਣੇ ਸਿੱਧੂ ਸਾਹਿਬ, ਉਹਨਾਂ ਨੇ ਇਹ ਇਨੀਸ਼ੀਏਟ ਲਿਆ। ਜਦੋਂ ਉਹਨਾਂ ਨੇ ਇਨੀਸ਼ੀਏਟ ਲਿਆ ਤਾਂ ਕਹਿੰਦੇ ਸੀ ਇਹਦੇ ਖਿਲਾਫ਼ ਦੇਸ਼ ਧਰੋਹੀ ਦਾ ਪਰਚਾ ਕਰੋ, ਲੇਕਿਨ ਜਿਹੜੇ ਲੋਕ ਇਹ ਕਹਿਣ ਵਾਲੇ ਸੀ ਕਿ ਇਹਦੇ ਖਿਲਾਫ਼ ਪਰਚਾ ਕਰੋ, ਮੁੜ ਕੇ ਚੀਚੀ ਨੂੰ ਮਾੜਾ ਜਿਹਾ ਲਹੂ ਲਾ ਕੇ ਅਤੇ ਉਹ ਸ਼ਹੀਦ ਬਣਨ ਦੀ ਕੋਸ਼ਿਸ਼ ਕਰਦੇ ਰਹੇ। ਸੋ ਮੈਂ ਸਮਝਦਾ ਕਿ ਉਹਨਾਂ ਦੀ ਐਫਰਟਸ ਜਿਹੜੀ ਆ ਉਹਦੀ ਮੈਂ ਸ਼ਲਾਘਾ ਕਰ। ਅਤੇ ਪਿਛਲੀ ਇਲੈਕਸ਼ਨ ਜਿਹੜੀ ਆ 17 ਦੀ, ਉਹਦੀ ਟਿਕਟ ਜਿਹੜੀ ਆ ਉਹਨੂੰ ਦੇਤੀ, ਜਦੋਂ ਕਿ ਇਹ ਸਿਟਿੰਗ MLA ਸੀਗੇ। ਕਦੀ ਵੀ ਕਿਸੇ ਪਾਰਟੀ ਨੇ ਸਿਟਿੰਗ MLA ਦੀ ਟਿਕਟ ਨਹੀਂ ਕੱਟੀ, ਲੇਕਿਨ ਕੇਵਲ ਇਸ ਕਰਕੇ ਕਿ ਉਹ ਆਦਮੀ ਪੈਸੇ ਵਾਲਾ ਆ, ਇਹ ਗਰੀਬ ਆਦਮੀ ਨੇ, ਇਹਨਾਂ ਕੋਲ ਪੈਸੇ ਦੀ ਆਸ ਨਹੀਂ, ਉਹਦੇ ਪੈਸਿਆਂ ਨੂੰ ਵੇਖ ਕੇ ਟਿਕਟ ਉਹਨੂੰ ਦਿੱਤੀ। ਇਹੀ ਕਾਰਨ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਡਾਊਨਫਾਲ ਆਇਆ। ਉਹ ਪਾਰਟੀ ਜਿਹਨੇ ਲਗਾਤਾਰ 10 ਸਾਲ ਰਾਜ ਕੀਤਾ ਹੋਵੇ, 5 ਵਾਰੀ ਪੰਜਾਬ ਵਿੱਚ ਰਾਜ ਕੀਤਾ ਹੋਵੇ, ਉਹ 117 ਤੋਂ 15 ਸੀਟਾਂ 'ਤੇ ਆ ਜਾਏ, ਇਹਨਾਂ ਗਲਤ ਪਾਲਸੀਆਂ ਦੀ ਵਜ੍ਹਾ ਕਰਕੇ ਹੀ ਇਹ ਆਪਣੇ ਸਾਰਾ ਕੁਝ ਹੋਇਆ। ਇਹ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਆ,
ਇਹ ਜਬਰ ਅਤੇ ਜ਼ੁਲਮ ਦੇ ਖਿਲਾਫ ਲੜਨ ਵਾਲੇ ਯੋਧਿਆਂ ਦੀ, ਮਿਹਨਤਕਸ਼ ਲੋਕਾਂ ਦੀ, ਗਰੀਬਾਂ ਦੀ ਜਥੇਬੰਦੀ ਸੀ। ਲੇਕਿਨ ਉਹਦੇ 'ਤੇ ਅੱਜ ਕਬਜ਼ਾ ਹੋ ਗਿਆ ਸਰਮਾਏਦਾਰ ਲੋਕਾਂ ਦਾ, ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਪੁੱਟ ਕੇ ਆਪਣੇ ਘਰ ਭਰ ਲਏ ਅਤੇ ਪੰਜਾਬ ਬਰਬਾਦ ਕਰਤਾ। ਪੰਜਾਬ ਦਾ ਕੋਈ ਹਿੱਸਾ, ਕੋਈ ਪੱਖ, ਕੋਈ ਗੱਲ ਵੇਖ ਲਈਏ, ਇਸ ਵੇਲੇ ਉੱਥੇ ਬਰਬਾਦੀ ਨਜ਼ਰ ਆਉਂਦੀ ਆ। ਪੰਜਾਬ ਦੀ ਜਵਾਨੀ, ਜਿਹਨੂੰ ਅੱਜ ਮਿਲਖਾ ਸਿੰਘ ਨੂੰ ਲੋਕ ਯਾਦ ਕਰਦੇ ਆ, ਅੱਜ ਦਾਰਾ ਸਿੰਘ ਨੂੰ ਲੋਕ ਯਾਦ ਕਰਦੇ ਆ, ਅੱਜ ਧਿਆਨ ਸਿੰਘ ਨੂੰ ਲੋਕ ਯਾਦ ਕਰਦੇ ਆ, ਲੇਕਿਨ ਉਹ ਜਵਾਨੀ ਅੱਜ ਨਸ਼ਿਆਂ ਨੇ ਖਾ ਲਈ। ਔਰ ਕਿਸਾਨੀ ਦੀਆਂ ਇਹੋ ਜਿਹੀਆਂ ਮਾੜੀਆਂ ਨੀਤੀਆਂ ਬਣਾਈਆਂ ਕਿ ਹਜ਼ਾਰਾਂ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰਕੇ ਜਿਹੜੇ ਆ ਹੁਣ ਤੱਕ ਵਿਚਾਰੇ ਆਪਣੀਆਂ ਜਾਨਾਂ ਗਵਾ ਗਏ ਨੇ। ਸੋ ਅਜਿਹੇ ਕਾਰਨਾਮੇ ਜਿਹੜੇ ਇਸ ਪੰਜਾਬ ਦੀ ਧਰਤੀ 'ਤੇ ਹੋਏ ਆ, ਜੋ ਅਪੱਧਰ ਕੀਤੇ ਗਏ ਪਿਛਲੇ 10 ਸਾਲਾਂ 'ਚ, ਖਾਸ ਕਰਕੇ 2015 ਤੋਂ ਬਾਅਦ, ਜਿਵੇਂ ਆਪਣੇ ਸੌਦੇ ਸਾਧ ਨੂੰ ਬਿਨ ਮੰਗੀ ਮਾਫ਼ੀ, ਕੇਵਲ ਇਸ ਕਰਕੇ ਕਿ ਉਹਨੂੰ ਮਾਫ਼ੀ ਦੇ ਕੇ ਅਸੀਂ ਵੋਟਾਂ ਲੈਣੀਆਂ ਨੇ, ਅਤੇ ਗੁਰੂ ਮਹਾਰਾਜ ਦੀ ਬੇਅਦਬੀ ਹੋਈ, ਇਸ ਕਰਕੇ ਕਾਰਵਾਈ ਉਹਨਾਂ ਦੇ ਖਿਲਾਫ਼ ਨਹੀਂ ਕੀਤੀ ਕਿ ਸਾਡੀਆਂ ਵੋਟਾਂ ਨਾ ਖਰਾਬ ਹੋਣ, ਕਿਤੇ ਸੌਦਾ ਸਾਧ ਨਾਰਾਜ਼ ਨਾ ਹੋ ਜਾਏ। ਫਿਰ ਜੇ ਲੋਕਾਂ ਨੇ ਉਸ ਗੱਲ ਦਾ ਗਿਲਾ ਮਨਾਇਆ, ਸੰਗਤ ਨੇ, ਅਤੇ ਰੋਸ ਧਰਨੇ ਦਿੱਤੇ, ਅੰਮ੍ਰਿਤਧਾਰੀ ਸਿੰਘ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਆ, ਅਤੇ ਜਿਸ ਢੰਗ ਨਾਲ ਉਹਨਾਂ ਨੇ ਜਨਰਲ ਡਾਇਰ ਵਾਂਗੂ ਉਸ ਵੇਲੇ ਗੋਲੀਆਂ ਚਲਾ ਕੇ 2 ਬੰਦੇ ਸ਼ਹੀਦ ਕਰਤੇ, ਹਜ਼ਾਰਾਂ ਜ਼ਖਮੀ ਕਰ ਦਿੱਤੇ, ਇਹ ਜਿਹੜੇ ਉਪੱਧਰ ਹੋਏ ਨੇ, ਪਾਪ ਹੋਏ ਨੇ ਪਿਛਲੇ ਸਮੇਂ 'ਚ, ਇਹਦੇ ਵਾਸਤੇ ਪਿਛਲੀ ਸਰਕਾਰ, ਅਕਾਲੀ ਦਲ, BJP ਦੀ ਜ਼ਿੰਮੇਵਾਰ ਆ, ਔਰ ਖਾਸ ਕਰਕੇ ਬਾਦਲ ਪਰਿਵਾਰ ਜ਼ਿੰਮੇਵਾਰ ਆ, ਜਿਨ੍ਹਾਂ ਕੋਲ ਸਾਰੀ ਸੱਤਾ ਕੇਂਦਰਿਤ ਸੀ, ਸਾਰੀ ਸੱਤਾ ਜਿਹੜੀ ਆ ਉਹਨਾਂ ਕੋਲ ਰਹੀ, ਅਤੇ ਉਹਨਾਂ ਮਨ ਮਰਜ਼ੀ ਨਾਲ ਅਤੇ ਜਿਹੜੇ ਗੁਨਾਹ ਨੇ ਉਹ